पंजाब दे विच आपदी सरकार बनन ते आप विधायकां दे वलों जिथे एक्शन ले जा रहे ने उथे ही वड्डे बयान भी दिते जा रहे ने, जिस दे चलदिआं आप विधायक विजय सिंगला दे वलों वड्डा बयान दिता गया, जिथे उन्हां दा कहना है कि पंजाब दे विच हर तरह दा काम कीता जावेगा ते लोकां दी हर समस्या दा हल भी कीता जावेगा। पुरानियां सरकारां ते निशाना साधदे होए कहा कि पिछलियां सरकारां दे वलों कोई विकास नहीं कीता गया, भ्रिष्टाचार ज्यादा वध्या, सिहत सेवावां दे विच कमी आई है, पर नाल ही दावा करदे ਹੋਏ ਕੀ ਕੁਝ ਕਿਹਾ, ਸੁਣੋ ਉਹਨਾਂ ਦੀ ਜ਼ੁਬਾਨੀ। ਬਹੁਤ ਵਧੀਆ ਲੱਗ ਰਿਹਾ ਜੀ, ਕਿਉਂਕਿ ਪੰਜਾਬ ਦੇ ਲੋਕਾਂ ਨੇ ਜੋ ਸਹੀ ਮਾਇਨਿਆਂ 'ਚ ਜਿਹਨੂੰ ਇਨਕਲਾਬ ਕਹਿੰਦੇ ਆ, ਉਹ ਅੱਜ ਪੰਜਾਬ 'ਚ ਆਇਆ ਔਰ 92 ਸੀਟਾਂ ਉਹ ਵੀ ਬੜੇ ਵੱਡੇ ਮਾਰਜਨ ਨਾਲ। ਇੱਕ ਆਮ ਘਰਾਂ ਦੇ ਲੋਕਾਂ ਨੇ ਉਹਨਾਂ ਧਨਾੜ ਲੋਕਾਂ ਨੂੰ, ਉਹਨਾਂ ਇੱਕ ਅਮੀਰ ਜਾਦਿਆਂ ਨੂੰ, ਉਹਨਾਂ ਪੁਰਾਤਨ ਜੋ ਰਾਜਨੀਤੀ ਦੇ ਧੁਰੰਤਰਾਂ ਨੂੰ ਹਰਾ ਕੇ, ਕਰੋੜਾਂ ਪਤੀ ਲੋਕਾਂ ਨੂੰ ਹਰਾ ਕੇ, ਅੱਜ ਆਮ ਘਰਾਂ ਦੇ ਜੋ ਨੌਜਵਾਨ ਨੇ ਉਹ ਅੱਜ ਵਿਧਾਨਸਭਾ 'ਚ ਆਏ ਨੇ। ਲੋਕਾਂ ਦੀਆਂ ਸਮੱਸਿਆਵਾਂ ਕੀ ਨੇ ਉਹ ਗਰਾਊਂਡ ਲੈਵਲ 'ਤੇ ਜਾਣਦੇ ਨੇ, ਉਹਨਾਂ ਨੂੰ ਕਿਵੇਂ ਹੱਲ ਕਰਨਾ ਉਹ ਵੀ ਪਤਾ, ਕਿਉਂਕਿ ਜਦੋਂ ਸਾਨੂੰ ਸਮੱਸਿਆ ਪਤਾ ਤਾਂ ਉਹਦਾ ਹੱਲ ਕੀ ਹੈ ਉਹ ਵੀ ਜਿਹੜੇ ਗਰਾਊਂਡ ਲੈਵਲ ਦੇ ਸਾਡੇ ਵਰਕਰ ਹੈ, ਵਲੰਟੀਅਰ ਜੋ ਅੱਜ MLA ਬਣੇ ਆ ਉਹਨਾਂ ਨੂੰ ਪਤਾ। ਸੋ ਮੈਨੂੰ ਲੱਗਦਾ ਕੋਈ ਦਿੱਕਤ ਨਹੀਂ ਆਊਗੀ, ਅਸੀਂ ਬੜੀ ਜਲਦੀ ਜਿਹੜਾ ਇਹ ਸਿਸਟਮ, ਹਾਲਾਂਕਿ ਬਹੁਤ ਗੰਧਲਾ ਇਹਨਾਂ ਭ੍ਰਿਸ਼ਟਾਚਾਰੀ ਲੋਕਾਂ ਨੇ ਪੰਜਾਬ ਦਾ ਕੀਤਾ, ਲੇਕਿਨ ਬਹੁਤ ਜਲਦੀ ਪੰਜਾਬ ਨੂੰ ਮੁੜ ਉਹੀ ਰੰਗਲਾ ਹਰਿਆ ਭਰਿਆ ਪੰਜਾਬ ਬਣਾਵਾਂਗੇ, ਮੁੜ ਪੰਜਾਬ ਨੂੰ ਲੀਹਾਂ 'ਤੇ ਲੈ ਕੇ ਆਵਾਂਗੇ। ਸਰਕਾਰ ਬਣਨੇ ਵਾਲੀ ਹੈ, ਉਸ ਕੇ ਬਾਅਦ ਪਹਿਲਾ ਕਾਮ ਮਾਨਸਾ ਕੇ ਲਈ ਕਿਆ? ਬਹੁਤ ਸੇ ਕੰਮ ਹੈ, ਬਹੁਤ ਕੰਮ ਨੇ ਜੀ, ਸਾਰੇ ਹੀ ਕੰਮ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਵੱਡਾ ਕੰਮ ਮੈਨੂੰ ਇਹ ਲੱਗਦਾ ਅੱਜ ਦੀ ਘੜੀ, ਇੱਥੇ ਸਾਰਾ ਸ਼ਹਿਰ ਖਿਲ ਰਿਹਾ ਪਿਆ ਔਰ ਸੀਵਰੇਜ ਸਿਸਟਮ ਦਾ ਬਹੁਤ ਮਾੜਾ ਹਾਲ ਹੈ, ਗਲੀਆਂ ਦਾ ਬਹੁਤ ਮਾੜਾ ਹਾਲ ਹੈ, ਹੈਲਥ ਸਰਵਿਸਿਜ਼ ਬਹੁਤ ਮਾੜਾ ਹਾਲ ਹੈ, ਕਿਉਂਕਿ ਡਾਕਟਰਸ ਨੂੰ ਉਹ ਇਨਫਰਾਸਟ੍ਰਕਚਰ ਹੀ ਨਹੀਂ ਪ੍ਰੋਵਾਈਡ ਕੀਤਾ ਜਾ ਰਿਹਾ, ਸਕੂਲਾਂ ਦਾ ਟੀਚਰ ਹੈ ਨਹੀਂ ਗੇ, ਮਤਲਬ ਬਹੁਤ ਸਾਰੀਆਂ ਸਮੱਸਿਆਵਾਂ ਨੇ, ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਬਹੁਤ ਜਲਦੀ ਪੰਜਾਬ ਨੂੰ ਦੇ ਵਿੱਚ ਤੁਸੀਂ ਇੱਕ ਵੱਡਾ ਬਦਲਾਅ ਦੇਖੋਗੇ, ਕਿਉਂਕਿ ਟਰਾਂਸਪੇਰੈਂਸੀ ਨਾਲ, ਇਮਾਨਦਾਰੀ ਨਾਲ ਜਲਦੀ ਤੁਹਾਡੇ ਸਾਹਮਣੇ ਆਵਾਂਗੇ। ਤੁਸੀਂ ਪੰਜਾਬ 'ਚ ਇੱਕ ਮਹੀਨੇ ਬਾਅਦ ਆਓਗੇ, ਤੁਸੀਂ ਆਪ ਮਹਿਸੂਸ ਕਰੋਗੇ ਕਿ ਪੰਜਾਬ ਬਦਲਿਆ ਬਦਲਿਆ।